ਹੁਣ ਤੁਸੀਂ ਅਕਾਲ ਚੈਨਲ ਨੂੰ ਕਿਸੇ ਵੀ ਸਮੇਂ ਕਿਸੇ ਵੀ ਥਾਂ ਤੇ ਦੇਖ ਸਕਦੇ ਹੋ ਉਹ ਵੀ ਅਕਾਲ ਚੈਨਲ ਦੀ ਐਪ ਦੇ ਜ਼ਰੀਏ ਜਿਸ ਦੇ ਵਿੱਚ ਲਾਈਵ ਟੀਵੀ ਪ੍ਰੋਗਰਾਮ ਵੀਡੀਓਜ਼ ਕੈਚ ਅਪ ਟੀਵੀ ਅਕਾਲ ਰੇਡੀਓ ਅਤੇ ਨੋਟਿਸ ਦੇ ਵਿੱਚ ਸਾਰੇ ਪ੍ਰੋਗਰਾਮਾਂ ਦਾ ਵੇਰਵਾ ਮੌਜੂਦ ਹੈ ਤੁਸੀਂ ਇਸ ਐਪ ਦੇ ਜ਼ਰੀਏ ਗੁਰਬਾਣੀ ਸੰਥਿਆ ਦਾ ਵੀ ਆਨੰਦ ਮਾਣ ਸਕਦੇ ਹੋ ਅਕਾਲ ਚੈਨਲ ਦੀ ਐਪ ਨੂੰ ਹੁਣੇ ਡਾਊਨਲੋਡ ਕਰੋ ਗੂਗਲ ਪਲੇ ਸਟੋਰ ਅਤੇ ਐਪ ਸਟੋਰ ਦੇ ਵਿੱਚੋਂ ਵਰਲਡਸ ਨੰਬਰ 1 ਸਿੱਖ ਮੀਡੀਆ ਚੈਨਲ ਅਕਾਲ ਚੈਨਲ ਜੀ ਆਪ ਵੇਖ ਰਹੇ ਹੋ ਅਕਾਲ ਚੈਨਲ ਅਕਾਲ ਚੈਨਲ ਦੇ ਉੱਪਰ ਹਫ਼ਤਾਵਾਰੀ ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ ਆਪ ਜੀ ਦੀ ਸੇਵਾ ਦੇ ਵਿੱਚ ਹਾਜ਼ਰ ਹਾਂ ਔਰ ਆਪ ਸਭ ਜੀ ਦਾ ਸਵਾਗਤ ਕਰਦਾ ਹਾਂ ਜੀ ਆਖਦਾ ਹਾਂ ਮੈਂ ਹਾਂ ਐਡਵੋਕੇਟ ਇੰਦਰਜੀਤ ਸਿੰਘ ਬੇਸ਼ੱਕ ਬ੍ਰਿਟਨ ਹੋਵੇ ਜਾਂ ਯੂਰਪੀਅਨ ਯੂਨੀਅਨ ਜਾਂ ਇੰਡੀਆ ਹਰ ਪਾਸੇ ਚੋਣਾਂ ਹੀ ਚੋਣਾਂ ਅਤੇ ਨਤੀਜਿਆਂ ਦੀਆਂ ਖਬਰਾਂ ਜਿਹੜੀਆਂ ਆ ਰਹੀਆਂ ਬ੍ਰਿਟਨ ਅਤੇ ਯੂਰਪ ਦੇ ਵਿੱਚ ਵੀ ਯੂਰਪੀਅਨ ਚੋਣਾਂ ਹੋਈਆਂ ਨੇ ਯੂਰਪੀਅਨ ਯੂਨੀਅਨ ਦੇ MEP ਜਿਹੜੇ ਚੁਣੇ ਗਏ ਨੇ ਅਤੇ ਬ੍ਰਿਟਨ ਵਿੱਚ ਵੀ ਜੋ ਨਤੀਜੇ ਆਏ ਨੇ ਉਹ ਬਿਲਕੁਲ ਹੈਰਾਨੀਜਨਕ ਨਤੀਜੇ ਆਏ ਨੇ ਇੱਥੇ ਦੀਆਂ ਦੋ ਮੁੱਖ ਪਾਰਟੀਆਂ ਜਿਹੜੀਆਂ ਟੋਰੀ ਪਾਰਟੀ ਅਤੇ ਲੇਬਰ ਪਾਰਟੀ ਉਹਨਾਂ ਨੂੰ ਮੂੰਹ ਦਿਖਾਉਣੀ ਪਈ ਹੈ ਵੋਟਰਾਂ ਨੇ ਉਹਨਾਂ ਨੂੰ ਕਿਹਾ ਕਿ ਤੁਹਾਨੂੰ ਅਸੀਂ ਮੈਂਬਰ ਪਾਰਲੀਮੈਂਟ ਬਣਾਇਆ ਪਰ ਤੁਸੀਂ ਪਾਰਲੀਮੈਂਟ ਦੇ ਵਿੱਚ ਜਾ ਕੇ ਹਾਊਸ ਆਫ ਕਾਮਨ ਦੇ ਵਿੱਚ ਜਾ ਕੇ ਕੋਈ ਵੀ ਜਿਹੜਾ ਆ ਫੈਸਲਾ ਯੂਰਪੀਅਨ ਯੂਨੀਅਨ ਦੇ ਉੱਪਰ ਨਹੀਂ ਕਰ ਸਕੇ ਰੈਫਰੈਂਡਮ ਬਣਿਆ ਰੈਫਰੈਂਡਮ ਦੇ ਵਿੱਚ ਵੋਟਾਂ ਪਾਈਆਂ ਤੁਹਾਨੂੰ ਇਹ ਚਾਹੀਦਾ ਸੀ ਕਿ ਤੁਸੀਂ ਲੋਕਾਂ ਦੀ ਆਵਾਜ਼ ਨੂੰ ਅੱਗੇ ਤੋਰਦੇ ਪਰ ਤੁਸੀਂ ਆਸ ਵਿੱਚ ਹੀ ਜੁੱਤੀ ਪਤਾਨ ਹੁੰਦੇ ਰਹੇ ਅਤੇ ਉਸਦਾ ਨਤੀਜਾ ਇਹ ਹੋਇਆ ਕਿ ਇਸ ਵੇਲੇ ਜੋ ਯੂਰਪੀਅਨ ਯੂਨੀਅਨ ਦੀਆਂ ਵੋਟਾਂ ਪਈਆਂ ਉਹਨਾਂ ਦੇ ਵਿੱਚ ਟੋਰੀ ਪਾਰਟੀ ਜਿਹੜੀ ਆ ਸਭ ਤੋਂ ਪਿੱਛੇ ਜਾ ਕੇ ਖੜ੍ਹ ਗਈ ਅਤੇ ਸਭ ਤੋਂ ਪਹਿਲੇ ਨੰਬਰ 'ਤੇ ਬ੍ਰਿਕਸ ਪਾਰਟੀ ਜਿਹੜੀ ਨਾਈਜਰ ਫਰਾਕ ਦੀ ਆ ਉਹ ਆ ਗਈ ਹੈਗੀ ਆ ਉਸਨੇ 29 ਸੀਟਾਂ ਜਿਹੜੀਆਂ ਜਿੱਤੀਆਂ ਨੇ ਪਹਿਲੀ ਵਾਰ ਉਸਦੀ ਵੀ ਇਹ ਇਤਿਹਾਸਿਕ ਜਿੱਤ ਹੀ ਮੰਨਿਆ ਜਾ ਰਿਹਾ ਦੂਸਰੇ ਨੰਬਰ 'ਤੇ ਲਿਬਰਲ ਡੈਮੋਕ੍ਰੇਟ ਨੇ 16 ਅਤੇ ਫਿਰ ਗ੍ਰੀਨ ਪਾਰਟੀ ਸੱਤ ਸੀਟਾਂ ਦੇ ਉੱਪਰ ਆ ਗਈ ਅਤੇ ਟੋਰੀ ਪਾਰਟੀ ਜਿਹੜੀ ਆ ਉਸ ਨੂੰ 4 ਸੀਟਾਂ ਦੇ ਉੱਪਰ ਅਤੇ ਲੇਬਰ ਪਾਰਟੀ ਨੂੰ 10 ਸੀਟਾਂ ਜਿਹੜੀਆਂ ਮਿਲੀਆਂ ਨੇ ਜੋ ਦੋ ਵੱਡੀਆਂ ਰਵਾਇਤੀ ਪਾਰਟੀਆਂ ਉਹ ਪਿੱਛੇ ਰਹਿ ਗਈਆਂ ਤੀਜੇ ਨੰਬਰ ਵਾਲੀ ਦੂਜੇ 'ਤੇ ਆ ਗਈ ਅਤੇ ਜਿਹੜੀ ਨਾਈਜਰ ਫਾਕ ਦੀ ਬ੍ਰੈਕਸਟ ਜਿਹੜੇ ਕਹਿੰਦੇ ਲੋਕ ਕਿ ਅਸੀਂ ਯੂਰਪੀਅਨ ਯੂਨੀਅਨ ਦੇ ਨਾਲ ਨਹੀਂ ਰਹਿਣਾ ਚਾਹੁੰਦੇ ਉਹਨਾਂ ਨੂੰ ਸੀਟਾਂ ਜਿਹੜੀਆਂ ਵੱਧ ਮਿਲੀਆਂ ਨੇ ਪ੍ਰਧਾਨ ਮੰਤਰੀ ਥਰੀਸਾ ਮੇ ਨੇ ਵੀ ਜਿਹੜਾ ਅਸਤੀਫਾ ਆਉਂਦਿਆਂ ਹਫ਼ਤਿਆਂ ਵਿੱਚ ਦੇਣਾ ਹੈ ਔਰ ਟੋਰੀ ਪਾਰਟੀ ਦੇ ਵਿੱਚ ਲੰਬੀ ਕਤਾਰ ਲੱਗੀ ਹੋਈ ਹੈ ਪ੍ਰਾਈਮ ਮਿਨਿਸਟਰ ਬਣਨ ਦੀ 11 ਤੋਂ ਵੱਧ ਜਿਹੜੇ ਉਮੀਦਵਾਰ ਜਿਹੜੇ ਆ ਉਹ ਪ੍ਰਧਾਨ ਮੰਤਰੀ ਬਣਨ ਲਈ ਤਿਆਰ ਖੜ੍ਹੇ ਨੇ ਬੋਰਿਸ ਜੌਨਸਨ ਦਾ ਜਿਹੜਾ ਨੰਬਰ ਆ ਉਹ ਪਹਿਲੇ ਨੰਬਰ 'ਤੇ ਆ ਰਿਹਾ ਉਸਨੂੰ ਸਪੋਰਟ ਕਾਫੀ MPs ਦੀ ਦੱਸੀ ਜਾ ਰਹੀ ਹੈ ਪਰ ਉਸਨੂੰ ਵੀ ਅਦਾਲਤ ਵੱਲੋਂ ਨੋਟਿਸ ਜਾਰੀ ਹੋਇਆ ਕਿ ਉਸਨੇ ਰੈਫਰੈਂਡਮ ਵੇਲੇ ਲੋਕਾਂ ਦੇ ਨਾਲ ਝੂਠ ਬੋਲਿਆ ਸੀ ਔਰ ਬ੍ਰਿਟਨ ਦਾ ਜਿਹੜਾ ਪੱਖ ਗਲਤ ਰੱਖਿਆ ਸੀ ਇਸ ਸੰਬੰਧੀ ਵੀ ਉਸਨੂੰ ਜਿਹੜਾ ਸਪਸ਼ਟੀਕਰਨ ਦੇਣਾ ਪਏਗਾ ਬ੍ਰਿਟਨ ਦੇ ਵਿੱਚ ਜਿਹੜੀਆਂ ਇਹਨਾਂ ਯੂਰਪੀਅਨ ਚੋਣਾਂ 'ਚ ਵੋਟਾਂ ਪਈਆਂ ਬੜੀਆਂ ਘੱਟ ਪਰਸੈਂਟ ਵੋਟਾਂ ਪਈਆਂ ਨੇ ਸਿਰਫ ਅਤੇ ਸਿਰਫ 36.7% ਵੋਟਾਂ ਪਈਆਂ ਜਦ ਪਹਿਲਾਂ ਹੋਇਆ ਸੀ 2014 ਦੇ ਵਿੱਚ ਵੋਟਾਂ ਤਾਂ ਉਸ ਵੇਲੇ 38.5 ਸੀ ਬਾਕੀ ਯੂਰਪੀਅਨ ਦੇਸ਼ਾਂ ਦੇ ਵਿੱਚ 55% ਵੋਟਾਂ ਪਈਆਂ ਪਰ ਇਹ ਵੀ ਬਹੁਤ ਘੱਟ ਆ ਇਸ ਦੇ ਉਲਟ ਭਾਰਤ ਵਰਗੇ ਦੇਸ਼ ਵਿੱਚ ਜਾਈਏ ਜਿਸ ਨੂੰ ਡਿਵੈਲਪ ਕੰਟਰੀ ਆਖਿਆ ਜਾਂਦਾ ਹੈਗਾ ਅਤੇ ਜਿਸ ਦੇ ਵਿੱਚ 93 ਕਰੋੜ ਤੋਂ ਵੱਧ ਵੋਟਰ ਨੇ ਐਵਰੇਜ ਜਿਹੜੀਆਂ ਵੋਟਾਂ 65% ਤੋਂ ਉੱਪਰ ਜਿਹੜੀਆਂ ਭਾਰਤ ਵਿੱਚ ਪਈਆਂ ਔਰ ਕਈ ਪਾਰਲੀਮੈਂਟ ਹਲਕਿਆਂ ਦੇ ਵਿੱਚ 80% ਜਿਹੜੀਆਂ ਵੋਟਾਂ ਵੀ ਪੋਲ ਹੋਈਆਂ ਹੈਗੀਆਂ ਲੋਕਾਂ ਦਾ ਉਤਸ਼ਾਹ ਹੈ ਉੱਥੇ ਵੋਟਾਂ ਪਾਉਣ ਦੇ ਵਿੱਚ ਭਾਵੇਂ ਕਈਆਂ ਨੇ ਕਿਹਾ ਹੈ ਕਿ EVM ਮਸ਼ੀਨਾਂ ਜਿਹੜੀਆਂ ਗਲਤ ਕਰ ਦਿੱਤੀਆਂ ਜਾਂਦਾ ਨੇ ਇਹ ਉਹਨਾਂ ਲੋਕਾਂ ਦਾ ਭਰਮ ਹੈ ਉਹਨਾਂ ਲੋਕਾਂ ਦੀ ਸੋਚ ਹੈ ਕਿ ਹੱਥ ਨਾ ਪਹੁੰਚਾ ਤਾਂ ਅੰਗੂਰ ਕੌੜੇ ਵਾਲੀ ਗੱਲ ਉਹ ਕਰਦੇ ਨੇ ਅਤੇ ਇਸ ਦੇ ਉੱਪਰ ਬੜੇ ਕਿੰਤੂ ਪਰੰਤੂ ਵੀ ਹੋ ਰਹੇ ਨੇ ਪਰ ਰਿਜ਼ਲਟ ਸਭ ਦੇ ਸਾਹਮਣੇ ਨੇ ਆਖਿਰ ਜਿਹੜਾ ਆ ਸਹੁੰ ਚੁੱਕ ਸਮਾਗਮ ਜਿਹੜਾ ਵੀ ਭਾਰਤ ਦੇ ਵਿੱਚ ਨਰਿੰਦਰ ਮੋਦੀ ਦਾ ਜਿਹੜਾ ਹੋ ਗਿਆ ਹੈਗਾ ਅਮਰੀਕਾ ਦਾ ਇੱਕ ਰਸਾਲਾ ਹੈ ਟਾਈਮਸ ਵਰਲਡ ਵਾਈਡ ਬੜਾ ਮਸ਼ਹੂਰ ਹੈ ਉਸਨੇ ਚੋਣਾਂ ਤੋਂ ਪਹਿਲਾਂ ਮੋਦੀ ਨੂੰ ਡਿਵਾਈਡਡ ਪ੍ਰਾਈਮ ਮਿਨਿਸਟਰ ਲਿਖਿਆ ਸੀ ਕਿ ਉਸਨੇ ਭਾਰਤ ਵਿੱਚ ਖਾਸਕਰ ਘੱਟ ਗਿਣਤੀਆਂ ਅਤੇ ਹੋਰਨਾਂ ਭਾਈਚਾਰਿਆਂ ਨੂੰ ਵੰਡ ਕੇ ਰੱਖ ਦਿੱਤਾ ਪਰ ਇਹ ਆਖਿਆ ਸੀ ਕਿ ਆਰਥਿਕ ਸੁਧਾਰ ਮੋਦੀ ਜਿਹੜਾ ਕੁਛ ਕਾਫੀ ਕਰ ਰਿਹਾ ਹੈਗਾ ਪਰ ਜਦੋਂ ਨਤੀਜੇ ਆਏ ਚੋਣਾਂ ਦੇ ਰਿਜ਼ਲਟ ਆਏ ਤਾਂ ਉਸਨੇ ਵੀ ਆਪਣੀ ਜਿਹੜੀ ਕਰਮ ਆ ਉਹ ਦੂਜੇ ਪਾਸੇ ਫੇਰ ਲਈ ਅਤੇ ਆਖਿਰ ਇਹ ਆਖ ਦਿੱਤਾ ਕਿ ਨਰਿੰਦਰ ਮੋਦੀ ਜਿਹੜਾ ਆ ਯੂਨਾਈਟਿਡ ਪ੍ਰਾਈਮ ਮਿਨਿਸਟਰ ਹੈ ਉਸਨੇ ਭਾਰਤ ਨੂੰ ਇੱਕ ਮੁੱਠ ਕੀਤਾ ਹੈ ਭਾਰਤ ਦੇ ਲੋਕਾਂ ਨੂੰ ਇੱਕ ਮੁੱਠ ਕੀਤਾ ਹੈ ਔਰ ਇਸ ਕਰਕੇ ਹੀ ਉਹ ਵੱਧ ਤੋਂ ਵੱਧ ਜਿਹੜੀਆਂ ਪਾਰਲੀਮੈਂਟ ਦੀਆਂ ਜਿਹੜੀਆਂ ਸੀਟਾਂ ਉਹ ਲੈ ਕੇ ਗਿਆ ਹੈਗਾ ਅਤੇ ਨਰਿੰਦਰ ਮੋਦੀ ਨੇ ਦੂਜੀ ਵਾਰੀ ਵੱਡੀ ਜਿਹੜੀ ਆ ਜਿੱਤ ਹਾਸਲ ਕੀਤੀ ਹੈ 1984 ਤੋਂ ਬਾਅਦ ਅਸਲ ਵਿੱਚ
ਕੋਈ ਵੀ ਪਾਰਟੀ ਬਹੁਮਤ ਲੈ ਕੇ ਜਿੱਤੀ ਨਹੀਂ ਸੀ, ਚਾਹੇ ਐਨ ਡੀ ਏ ਚਾਹੇ ਯੂ ਪੀ ਏ ਦੀਆਂ ਸਰਕਾਰਾਂ ਬਣਦੀਆਂ ਆ ਰਹੀਆਂ। ਪਿਛਲੀ ਵਾਰੀ 2014 ਦੇ ਵਿੱਚ ਇੱਕ ਮੋਦੀ ਲਹਿਰ ਚੱਲੀ ਸੀ ਤਾਂ ਉਸ ਵੇਲੇ ਭਾਰਤੀ ਜਨਤਾ ਪਾਰਟੀ ਜਿਹੜੀ ਜਨ ਸਿੰਘ ਕਦੇ 2 ਸੀਟਾਂ ਰੱਖਦੀ ਹੁੰਦੀ ਸੀ, 284 ਸੀਟਾਂ ਲੈ ਕੇ ਆਪਣੇ ਬਲਬੂਤੇ 'ਤੇ ਉਸਨੇ ਜਿਹੜੀ ਸਰਕਾਰ ਬਣਾਈ ਸੀ। ਪਰ ਐਨ ਡੀ ਏ ਜਿਹੜੀਆਂ ਭਾਈਵੇਲ ਪਾਰਟੀਆਂ ਉਹਨਾਂ ਨੂੰ ਵੀ ਜਿਹੜਾ ਨਾਲ ਰੱਖਿਆ ਗਿਆ ਸੀ। ਇਹਨਾਂ ਚੋਣਾਂ ਦੇ ਵਿੱਚ ਵਿਰੋਧੀ ਪਾਰਟੀਆਂ ਨੇ, ਵਿਰੋਧੀ ਨੇਤਾਵਾਂ ਨੇ ਉਸਦੇ ਖਿਲਾਫ਼ ਕਾਫ਼ੀ ਜ਼ਹਿਰ ਉਗਲੀ ਹੈਗੀ ਆ, ਕਾਫ਼ੀ ਉਸ 'ਤੇ ਦੋਸ਼ ਵੀ ਲਾਏ ਹੈਗੇ ਆ, ਔਰ ਨਿੱਜੀ ਤੌਰ 'ਤੇ ਪਰਿਵਾਰਕ ਤੌਰ 'ਤੇ ਵੀ ਰਾਹੁਲ ਗਾਂਧੀ ਵਰਗਿਆਂ ਨੇ ਭੰਡਣ ਦੀ ਕੋਸ਼ਿਸ਼ ਕੀਤੀ ਹੈਗੀ ਆ। ਪਰ ਉਸਦਾ ਅਸਰ ਇਹ ਹੋਇਆ ਕਿ ਉਹ ਅੱਗੇ ਨਾਲੋਂ ਵੀ ਜਿਹੜੀਆਂ ਵੱਧ ਸੀਟਾਂ ਭਾਰਤੀ ਜਨਤਾ ਪਾਰਟੀ 300 ਤੋਂ ਉੱਪਰ ਵੱਧ ਸੀਟਾਂ, 303 ਸੀਟਾਂ ਭਾਰਤੀ ਜਨਤਾ ਪਾਰਟੀ ਜਿਹੜੀ ਆ ਆਪਣੇ ਬਲਬੂਤੇ 'ਤੇ ਲਗਾਈ ਆ, 50 ਸੀਟਾਂ ਜਿਹੜੀਆਂ ਇਸ ਦੀਆਂ ਭਾਈਵਾਲ ਜਿਹੜੀਆਂ ਪਾਰਟੀਆਂ ਉਹਨਾਂ ਨੇ ਜਿਹੜੀਆਂ ਜਿੱਤੀਆਂ ਨੇ। ਅਤੇ ਮੋਦੀ ਨੇ ਸਹੁੰ ਚੁੱਕ ਸਮਾਗਮ ਜਿਹੜਾ ਕੀਤਾ ਰਾਸ਼ਟਰਪਤੀ ਭਵਨ ਦੇ ਵਿੱਚ, 8000 ਦੇ ਕਰੀਬ ਜਿਹੜੇ ਆ ਉੱਥੇ ਮਹਿਮਾਨ ਉਸਨੇ ਸੱਦੇ, ਜਿਸ ਦੇ ਵਿੱਚ ਵਿਦੇਸ਼ੀ ਪ੍ਰਾਹੁਣੇ ਬੰਗਲਾਦੇਸ਼, ਸ਼੍ਰੀਲੰਕਾ, ਭੂਟਾਨ, ਗੁਆਂਢੀ ਜਿੰਨੇ ਵੀ ਸੀ ਉਸਦੇ ਆਪਣੇ ਭਾਈਚਾਰੇ ਦੇ ਲੋਕ, ਗਰੀਬ ਜੋ ਮੁਲਕ ਨੇ ਭਾਰਤ ਦੇ ਗੁਆਂਢੀ, ਉਹਨਾਂ ਨੂੰ ਇਸ ਵਿੱਚ ਸ਼ਮੂਲੀਅਤ ਉਹਨਾਂ ਦੀ ਕੀਤੀ ਹੈਗੀ। ਪਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਉਸਨੇ ਇਸ ਵਿੱਚ ਨਹੀਂ ਸੱਦਿਆ, ਭਾਵੇਂ ਇਮਰਾਨ ਖਾਨ ਦਾ ਟੈਲੀਫੋਨ ਵੀ ਆਇਆ ਮੋਦੀ ਨੂੰ ਵਧਾਈਆਂ ਦਾ, ਅਤੇ ਉਸਨੇ ਕਿਹਾ ਵੀ ਚਲੋ ਆਪਣੀ ਟੈਲੀਫੋਨ 'ਤੇ ਇੱਕ ਦੂਜੇ ਨਾਲ ਗੱਲ ਹੋਈ, ਪਰ ਜਿਹੜੀ ਗੱਲ ਹੈਗੀ ਆ ਬਈ ਗੱਲ ਅੱਗੇ ਕੀ ਤੋਰਨੀ ਹੈਗੀ ਆ ਉਹ ਹੁਣ ਸਰਕਾਰ ਬਣੀ ਤੋਂ ਬਾਅਦ ਅੱਗੇ ਜਿਹੜੀ ਇਹ ਗੱਲ ਤੋਰੀ ਜਾਵੇਗੀ। ਅਤੇ ਇਸ ਤੋਂ ਉੱਪਰ ਪ੍ਰਾਈਮ ਮਿਨਿਸਟਰ ਇਮਰਾਨ ਖਾਨ, ਉਸਦੀ ਪਾਰਟੀ ਅਤੇ ਉਸਦੇ ਵਿਰੋਧੀ ਪਾਕਿਸਤਾਨ ਦੇ ਵਿੱਚ ਭਾਰਤ ਤੋਂ ਇਸ ਗੱਲ ਦੇ ਉੱਪਰ ਕਾਫ਼ੀ ਖਫਾ ਹਨ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਇਸ ਸਮਾਗਮ ਦੇ ਵਿੱਚ ਕਿਉਂ ਨਹੀਂ ਸੱਦਿਆ ਗਿਆ, ਜਦਕਿ ਪਿਛਲੀ ਵਾਰੀ ਨਵਾਜ਼ ਸ਼ਰੀਫ ਨੂੰ ਉੱਥੇ ਜਿਹੜਾ ਸੱਦਿਆ ਗਿਆ ਸੀ। ਅਤੇ ਇਸ ਦੇ ਵਿੱਚ ਮੋਦੀ ਨੇ ਸੱਦਾ ਪੱਤਰ ਭਾਰਤ ਦੀਆਂ ਸਾਰੀਆਂ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੂੰ, ਰਾਜਾਂ ਦੇ ਮੁੱਖ ਮੰਤਰੀਆਂ ਨੂੰ, ਗਵਰਨਰਾਂ ਨੂੰ, ਸਪੋਰਟਸ ਪਰਸਨੈਲਿਟੀਜ਼ ਨੂੰ, ਫਿਲਮ ਸਟਾਰਾਂ ਨੂੰ, ਬਿਜ਼ਨਸਮੈਨਾਂ ਨੂੰ, ਹਰ ਤਬਕੇ ਦੇ ਜਿਹੜੇ ਲੋਕਾਂ ਨੂੰ ਇਸ ਸਮਾਗਮ ਦੇ ਵਿੱਚ ਜਿਹੜਾ ਇੱਥੇ ਸੱਦਿਆ ਸੀ। ਅਤੇ ਇਸ ਦੇ ਉੱਪਰ ਪਹਿਲਾਂ ਜਿੱਤ ਤੋਂ ਬਾਅਦ ਨਰਿੰਦਰ ਮੋਦੀ ਨੇ ਵੱਖ ਵੱਖ ਜਿਹੜੀਆਂ ਵੱਡੀਆਂ ਸ਼ਖਸੀਅਤਾਂ ਉਸਨੇ ਆਖਿਆ ਕਿ ਜਿਨ੍ਹਾਂ ਲੋਕਾਂ ਦਾ ਮੇਰੀ ਜ਼ਿੰਦਗੀ ਦੇ ਉੱਪਰ ਅਸਰ ਹੈ ਉਹਨਾਂ ਨੂੰ ਉਹ ਮਿਲਿਆ, ਜਿਸ ਦੇ ਵਿੱਚ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ, ਪ੍ਰਣਾਬ ਮੁਖਰਜੀ ਅਤੇ ਐਨ ਡੀ ਏ ਦੀ ਮੀਟਿੰਗ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਦੇ ਉਸਨੇ ਪੈਰੀਂ ਹੱਥ ਲਾ ਕੇ ਫਿਰ ਜਿਹੜਾ ਆਸ਼ੀਰਵਾਦ ਜਿਹੜਾ ਲਿਆ ਹੈਗਾ, ਇਹ ਸਾਰੀ ਗੱਲ ਨੂੰ ਕਰਕੇ ਉਹ ਅੱਗੇ ਤੁਰਿਆ ਹੈਗਾ। ਅਤੇ ਸਹੁੰ ਚੱਕ ਸਮਾਗਮ ਦੇ ਵਿੱਚ ਜਿਹੜੇ ਆ 41 ਤੋਂ ਵੱਧ ਮੰਤਰੀਆਂ ਨੇ ਜਿਹੜੀ ਇੱਥੇ ਸਹੁੰ ਚੁੱਕੀ ਹੈਗੀ ਆ, ਕੁਛ ਕੈਬਨਿਟ ਮੰਤਰੀ ਅਤੇ ਕੁਛ ਜਿਹੜੇ ਆ ਰਾਜ ਮੰਤਰੀ। ਇਸ ਦੇ ਵਿੱਚ ਪੰਜਾਬ ਦੇ ਹਿੱਸੇ 2 ਜਿਹੜੇ ਮਹਿਕਮੇ ਆਉਣਗੇ, ਇੱਕ ਹਰਸਿਮਰਨ ਕੌਰ ਬਾਦਲ ਦਾ ਕੈਬਨਿਟ ਮੰਤਰੀ ਦਾ, ਅਤੇ ਹੁਸ਼ਿਆਰਪੁਰ ਤੋਂ ਜੋ ਜਿੱਤਿਆ ਨੇ ਸੋਮ ਨਾਥ ਉਸਨੂੰ ਜਿਹੜਾ ਰਾਜ ਮੰਤਰੀ ਦਾ ਅਹੁਦਾ ਜਿਹੜਾ ਉਹ ਮਿਲਣ ਦੀ ਪੂਰੀ ਸੰਭਾਵਨਾ ਸਮਝੀ ਜਾਂਦੀ ਆ। ਸਹੁੰ ਜਿਹੜੀ ਆ ਇਹਨਾਂ ਦੋਹਾਂ ਨੇ ਜਿਹੜੀ ਚੁੱਕੀ ਹੈਗੀ ਆ। ਮੋਦੀ ਦੀ ਪੁਰਾਣੀ ਜਿਹੜੀ ਕੈਬਨਿਟ ਹੈ ਉਸਦੇ ਵਿੱਚ ਸੁਸ਼ਮਾ ਸਵਰਾਜ, ਅਰੁਣ ਜੇਟਲੀ ਜਿਹੜੇ ਨੇ ਉਹਨਾਂ ਨੇ ਚਿੱਠੀ ਲਿਖ ਕੇ ਕਹਿ ਦਿੱਤਾ ਸੀ ਕਿ ਸਾਨੂੰ ਮੰਤਰੀ ਮੰਡਲ 'ਚ ਨਾ ਸ਼ਾਮਿਲ ਕੀਤਾ ਜਾਵੇ ਕਿਉਂਕਿ ਸਾਡੀ ਜਿਹੜੀ ਸਿਹਤ ਆ ਉਹ ਪੂਰੀ ਤਰ੍ਹਾਂ ਇਜਾਜ਼ਤ ਇੱਥੇ ਨਹੀਂ ਦਿੰਦੀ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਡਾਕਟਰ ਮਨਮੋਹਨ ਸਿੰਘ ਤੋਂ ਲੈ ਕੇ ਸਾਰੇ ਜਿਹੜੀਆਂ ਵੱਡੀਆਂ ਸ਼ਖਸੀਅਤਾਂ ਇਸ ਦੇ ਵਿੱਚ ਸ਼ਾਮਿਲ ਹੋਈਆਂ, ਕੈਪਟਨ ਅਮਰਿੰਦਰ ਸਿੰਘ ਇਸ ਵਿੱਚ ਸ਼ਾਮਿਲ ਨਹੀਂ ਹੋਇਆ, ਅਰਵਿੰਦ ਕੇਜਰੀਵਾਲ ਇਸ ਦੇ ਵਿੱਚ ਸ਼ਾਮਿਲ ਹੋਇਆ ਹੈ, ਇਸੇ ਤਰ੍ਹਾਂ ਬੰਗਾਲ ਦੀ ਜਿਹੜੀ ਮੁੱਖ ਮੰਤਰੀ ਹੈ ਦੀਦੀ ਜਿਸ ਨੂੰ ਆਖਿਆ ਜਾਂਦਾ ਹੈ, TMC ਦੀ ਪ੍ਰਧਾਨ ਜਿਸ ਦੀ ਕਾਫ਼ੀ ਜਿਹੜੀ ਆ ਮੋਦੀ ਦੇ ਨਾਲ ਚੋਣਾਂ ਤੋਂ ਪਹਿਲਾਂ ਖਟਪਟ ਵੀ ਰਹੀ ਹੈ, ਇੱਕ ਦੂਜੇ 'ਤੇ ਦੂਸ਼ਣਬਾਜ਼ੀ ਵੀ ਲੱਗਦੀ ਰਹੀ, ਉਸ ਨੇ ਪਹਿਲਾਂ ਆਖਿਆ ਸੀ ਕਿ ਮੈਂ ਇਸ ਸਮਾਗਮ ਦੇ ਵਿੱਚ ਸ਼ਾਮਿਲ ਹੋਵਾਂਗੇ। ਪਰ ਪਿਛਲੇ 1-2 ਦਿਨਾਂ ਤੋਂ ਜਦੋਂ ਭਾਰਤੀ ਜਨਤਾ ਪਾਰਟੀ ਨੇ ਇਹ ਸਲਾਹ ਕਰਕੇ ਵੀ ਬੰਗਾਲ ਦੇ ਵਿੱਚ ਜਿਹਨਾਂ ਲੋਕਾਂ 'ਤੇ ਤਸ਼ੱਦਦ ਹੋਇਆ ਔਰ ਜਿਹਨਾਂ ਪਰਿਵਾਰਾਂ ਦੇ ਕੁਛ ਲੋਕ 40 ਤੋਂ ਵੱਧ ਪਰਿਵਾਰ ਜਿਹੜੇ ਆ ਉਹਨਾਂ ਨੇ ਆਖਿਆ ਕਿ ਦੀਦੀ ਦੀ ਪਾਰਟੀ ਨੇ ਉਹਨਾਂ ਨੂੰ ਮਾਰਿਆ ਹੈਗਾ ਉਹਨਾਂ 'ਤੇ ਤਸ਼ੱਦਦ ਕਰਕੇ, ਉਹਨਾਂ ਪਰਿਵਾਰਾਂ ਦੇ ਮੈਂਬਰਾਂ ਨੂੰ ਵੀ ਮੋਦੀ ਨੇ ਇਸ ਸਮਾਗਮ ਦੇ ਵਿੱਚ ਸੱਦਿਆ ਸੀ ਔਰ ਇਸ ਕਰਕੇ ਉਹ ਖਫਾ ਹੋ ਗਈ ਵੀ ਉਹਨਾਂ ਕਤਲਾਂ ਦੀ ਜਿਹੜੀ ਜ਼ਿੰਮੇਵਾਰੀ ਆ ਮੇਰੀ ਪਾਰਟੀ ਦੇ ਉੱਪਰ ਲੱਗ ਰਹੀ ਹੈ, ਇਸ ਕਰਕੇ ਮੈਂ ਇਸ ਦੇ ਵਿੱਚ ਜਿਹੜੀ ਆ ਸ਼ਾਮਲ ਨਹੀਂ ਹੋਵਾਂਗੇ। ਚੋਣਾਂ ਨੇ ਕਾਂਗਰਸ ਪਾਰਟੀ ਜਿਹੜੀ ਆ
ਆਪਣੇ ਆਪ ਨੂੰ ਸਭ ਤੋਂ ਪੁਰਾਣੀ ਪਾਰਟੀ ਸਮਝੀ ਜਿਹਨੇ ਵੱਧ ਰਾਜ ਕੀਤਾ ਹੈ ਹਿੰਦੁਸਤਾਨ 'ਤੇ, ਉਹ ਹਾਸ਼ੀਏ 'ਤੇ ਆ ਕੇ ਖੜ ਗਈ ਹੈ। ਪਿਛਲੀ ਵਾਰੀ ਤਾਂ ਉਹ ਮੋਦੀ ਲਹਿਰ ਕਰਕੇ ਆਪਣਾ ਜਿਹੜਾ ਆ ਆਪਣੇ ਆਪ ਨੂੰ ਬਚਾ ਗਏ ਸਨ, ਪਰ ਇਸ ਵਾਰੀ ਤਾਂ ਮੋਦੀ ਲਹਿਰ ਨਹੀਂ ਸੀ, ਮੋਦੀ ਦੇ ਸਭ ਤੁਸੀਂ ਲੋਕ ਵਿਰੋਧ ਵਿੱਚ ਸਨ ਇਹ, ਪਰ ਇਸ ਵਾਰੀ ਉਹ ਪਹਿਲਾਂ ਨਾਲੋਂ ਵੀ ਵੱਧ ਸੀਟਾਂ ਜਿਹੜਾ ਲੈ ਕੇ ਜਿੱਤਿਆ ਹੈ। ਕਾਂਗਰਸ ਇਸ ਵੇਲੇ ਬਿਲਕੁਲ ਖਮੋਸ਼ ਹੈ, ਬੇਸ਼ੱਕ ਪੰਜਾਬ ਹੈ, ਬੇਸ਼ੱਕ ਭਾਰਤ ਹੈ। ਕਾਫੀ ਇਹਨਾਂ ਦੀਆਂ ਮੀਟਿੰਗਾਂ ਵੀ ਚੱਲ ਰਹੀਆਂ ਨੇ ਕਾਂਗਰਸ ਦੀਆਂ, ਔਰ ਰਾਹੁਲ ਗਾਂਧੀ ਨੇ ਆਪਣੇ ਅਹੁਦੇ ਤੋਂ ਜਿਹੜਾ ਪ੍ਰਧਾਨਗੀ ਤੋਂ ਅਹੁਦੇ ਤੋਂ ਅਸਤੀਫਾ ਵੀ ਦੇ ਦਿੱਤਾ ਸੀ, ਪਰ ਕੁਛ ਲੋਕਾਂ ਦੇ ਜ਼ੋਰ ਪਾਉਣ ਦੇ ਨਾਲ ਕੁਛ ਸਮੇਂ ਲਈ ਹਾਲੇ ਉਸਨੇ ਇਸ ਨੂੰ ਹੋਲਡ ਕੀਤਾ ਹੈ ਵੀ ਮੈਂ ਪ੍ਰਧਾਨ ਰਹਾਂਗਾ ਪਰ ਕੁਛ ਸਮੇਂ ਲਈ, ਅੱਗਿਓਂ ਜਿਹੜੀ ਪਾਰਟੀ ਆ ਪ੍ਰਧਾਨ ਆਪਣਾ ਆਪ ਲੱਭੇ, ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰੀ ਉਸ ਗੱਲ ਕੀਤੀ ਹੈ, ਕਿਉਂਕਿ ਇਸ ਵੇਲੇ ਪ੍ਰਧਾਨ ਵੀ ਕੋਈ ਬਣਨ ਨੂੰ ਤਿਆਰ ਨਹੀਂ ਕਾਂਗਰਸ ਪਾਰਟੀ ਦਾ, ਕਿਉਂਕਿ ਉਸਦੀ ਪੁਜੀਸ਼ਨ ਇੰਨੀ ਜਿਹੜੀ ਮਾੜੀ ਹੋ ਗਈ ਹੈ। ਪਰ ਰਾਹੁਲ ਗਾਂਧੀ ਨੇ ਆਪਣੇ ਪਾਰਟੀ ਨੇਤਾਵਾਂ 'ਤੇ ਦੱਬ ਕੇ ਭੜਾਸ ਕੱਢੀ, ਗੁੱਸਾ ਕੱਢਿਆ। ਉਸਨੇ ਆਖਿਆ ਕਿ ਪਾਰਟੀ ਦੇ ਹਾਨ ਦੇ ਕਾਰਨ ਤੁਸੀਂ ਸਾਰੇ ਨੇਤਾ ਹੋ, ਤੁਹਾਨੂੰ ਜਿਹੜਾ ਆ ਪੁੱਤਰ ਮੋਹ, ਜਿਸ ਤਰ੍ਹਾਂ ਰਾਜਸਥਾਨ ਹੋ ਗਿਆ, ਮੱਧਿਆ ਪ੍ਰਦੇਸ਼ ਹੋ ਗਿਆ, ਨੇਤਾਮ ਦੀ ਆਪਸੀ ਲੜਾਈ ਨੇ ਜਿੱਥੇ ਹੁਣ ਸਰਕਾਰਾਂ ਬਣੀਆਂ ਨੇ ਹਾਲੇ ਕਾਂਗਰਸ ਪਾਰਟੀ ਦੀਆਂ, ਉੱਥੇ ਇਹਨਾਂ ਦੀ ਬਿਲਕੁਲ ਫੱਟੀ ਪੋਚੀ ਗਈ ਹੈ, ਮੱਧਿਆ ਪ੍ਰਦੇਸ਼ ਦੇ ਵਿੱਚ ਵੀ ਅਤੇ ਰਾਜਸਥਾਨ ਦੇ ਵਿੱਚ ਵੀ ਇੱਕ ਇੱਕ ਦੋ ਦੋ ਸੀਟਾਂ ਲੈਣ ਦੇ ਵਿੱਚ ਵੀ ਉਹ ਕਾਮਯਾਬ ਨਹੀਂ ਹੋ ਰਹੀਆਂ। ਕਾਂਗਰਸ ਪਾਰਟੀ ਨੇ ਸਭ ਤੋਂ ਵੱਧ ਜਿਹੜੀਆਂ ਸੀਟਾਂ ਆਈਆਂ ਨੇ ਇਸ ਦੀਆਂ ਪੰਜਾਬ ਦੇ ਵਿੱਚ ਆਈਆਂ, ਉਹ ਕਾਂਗਰਸ ਪਾਰਟੀ ਜਿਸ ਨੇ ਹਰਿਮੰਦਰ ਸਾਹਿਬ 'ਤੇ ਹਮਲਾ ਕੀਤਾ ਸੀ, ਜਿਸ ਦੇ ਨੇਤਾ ਨੇ ਉਸਨੂੰ ਪੰਜਾਬ ਦੇ ਲੋਕਾਂ ਨੇ ਸਿੱਖਾਂ ਨੇ ਵੋਟਾਂ ਪਾ ਕੇ ਜਿਹੜਾ ਫਿਰ ਜਿਤਾ ਦਿੱਤਾ ਹੈਗਾ। ਪਰ ਜਿਹੜੇ ਪੰਜਾਬ ਦੇ ਜਿਹਨਾਂ ਨੂੰ ਅਸੀਂ ਪੰਥਕ ਲੀਡਰ ਆਖਦੇ ਹਾਂ, ਜਿਹਨਾਂ ਨੇ ਪੰਜਾਬ ਲਈ ਕੁਛ ਕੀਤਾ, ਸਿਮਰਜੀਤ ਸਿੰਘ ਮਾਨ ਹੈ, ਬੀਬੀ ਖਾਲੜਾ ਖੜੀ ਸੀ, ਉਹਨਾਂ ਨੂੰ ਵੋਟਾਂ ਪੰਜਾਬ ਦੇ ਲੋਕਾਂ ਨੇ ਨਹੀਂ ਪਾਈਆਂ। ਇਸ ਦੇ ਉੱਪਰ ਵੀ ਕੌਮ ਨੂੰ ਬੜਾ ਇਸ ਦੇ ਉੱਪਰ ਸੋਚ ਕਰਨ ਦੀ ਲੋੜ ਹੈ, ਔਰ ਕਿਸ ਤਰ੍ਹਾਂ ਜਿਹੜੀ ਲਹਿਰ ਕਿਸ ਪਾਸੇ ਨੂੰ ਜਾ ਰਹੀ ਹੈ, ਲੋਕਾਂ ਨੂੰ ਕਿਸ ਤਰ੍ਹਾਂ ਬੰਦ ਕਰਨਾ। ਆਪਾਂ ਇੱਥੇ ਬੈਠ ਕੇ ਤਾਂ ਸਾਰੇ ਟੈਲੀਵਿਜ਼ਨਾਂ 'ਤੇ ਬੜੇ ਗੱਲਾਂ ਕਰ ਸਕਦੇ ਹਾਂ, ਆਪਣੀ ਪੜਾਸ ਕਰ ਸਕਦੇ ਹਾਂ। ਸਵਾਲ ਇਹ ਆ ਕਿ ਮੁੱਦਾ ਜੇ ਪੰਜਾਬ ਦੀ ਗੱਲ ਕਰਨੀ ਹੈ ਚੋਣਾਂ ਦੀ, ਭਾਰਤ ਦੀ ਗੱਲ ਕਰਨੀ ਹੈ ਚੋਣਾਂ ਦੀ, ਉੱਥੇ ਸਾਨੂੰ ਆਪਣੀ ਗੱਲ ਸੁਣਾਉਣ ਵਾਸਤੇ ਉਹਨਾਂ ਦੀ ਗੱਲ ਵੀ ਸੁਣਨੀ ਪਏਗੀ ਵੀ ਜਿਹੜੀ ਆ ਗੱਲ ਕਿੱਥੇ ਖੜ੍ਹੀ ਆ, ਅੱਗੇ ਤਾਂ ਤੁਰਿਆ ਜਾਵੇਗਾ, ਨਹੀਂ ਤਾਂ ਪੰਥਕ ਲੀਡਰ ਖੜ੍ਹੇ ਹੁੰਦੇ ਰਹਿਣਗੇ, ਉਹਨਾਂ ਦੀਆਂ ਜ਼ਮਾਨਤਾਂ ਜ਼ਬਤ ਹੁੰਦੀਆਂ ਰਹਿਣਗੀਆਂ, ਇਹ ਕਿਸਮ ਦਾ ਹਾਸੋਹੀਣਾ ਜਿਹੜਾ ਮਜ਼ਾਕ ਜਿਹੜਾ ਬਣ ਜਾਵੇਗਾ। ਅਤੇ ਪੰਜਾਬ ਦੇ ਜਿਹੜੇ ਲੋਕ ਆ, ਅੰਮ੍ਰਿਤਸਰ ਲਾ ਲਓ, ਧਾਰਮਿਕ ਸਥਾਨ ਖਡੂਰ ਸਾਹਿਬ ਲਾ ਲਓ, ਧਾਰਮਿਕ ਸਥਾਨ ਅਨੰਦਪੁਰ ਸਾਹਿਬ ਲਾ ਲਓ, ਧਾਰਮਿਕ ਸਥਾਨ ਜਿੱਤਿਆ ਕੌਣ? ਕਾਂਗਰਸ ਪਾਰਟੀ ਇਹਨਾਂ ਸੀਟਾਂ ਤੋਂ ਪਾਰਲੀਮੈਂਟ ਦੇ ਵਿੱਚ ਜਿਹੜੀਆਂ ਇਹ ਉੱਥੇ ਜਿੱਤੀਆਂ ਨੇ। ਸੋ ਇਹ ਬੜੇ ਸੋਚਣ ਵਿਚਾਰਨ ਵਾਲੇ ਜਿਹੜੇ ਵਿਸ਼ੇ ਆਪਣੀ ਕੌਮ ਦੇ ਅੱਗੇ ਹਨ, ਅਤੇ ਆਪਾਂ ਲੈ ਲਈਏ ਇੱਕ ਬ੍ਰੇਕ। ਬ੍ਰੇਕ ਤੋਂ ਬਾਅਦ ਮੈਂ ਆਪ ਜੀ ਨੂੰ ਫਿਰ ਮਿਲਦਾ। ਹੁਣ ਤੁਸੀਂ ਅਕਾਲ ਚੈਨਲ ਨੂੰ ਕਿਸੇ ਵੀ ਸਮੇਂ ਕਿਸੇ ਵੀ ਥਾਂ ਤੇ ਦੇਖ ਸਕਦੇ ਹੋ, ਉਹ ਵੀ ਅਕਾਲ ਚੈਨਲ ਦੀ ਐਪ ਦੇ ਜ਼ਰੀਏ, ਜਿਸ ਦੇ ਵਿੱਚ ਲਾਈਵ ਟੀਵੀ ਪ੍ਰੋਗਰਾਮ, ਵੀਡੀਓਜ਼, ਕੈਚਅਪ ਟੀਵੀ, ਅਕਾਲ ਰੇਡੀਓ ਅਤੇ ਨੋਟਿਸ ਦੇ ਵਿੱਚ ਸਾਰੇ ਪ੍ਰੋਗਰਾਮਾਂ ਦਾ ਵੇਰਵਾ ਮੌਜੂਦ ਹੈ। ਤੁਸੀਂ ਇਸ ਐਪ ਦੇ ਜ਼ਰੀਏ ਗੁਰਬਾਣੀ ਸੰਧਿਆ ਦਾ ਵੀ ਆਨੰਦ ਮਾਣ ਸਕਦੇ ਹੋ। ਅਕਾਲ ਚੈਨਲ ਦੀ ਐਪ ਨੂੰ ਹੁਣੇ ਡਾਊਨਲੋਡ ਕਰੋ ਗੂਗਲ ਪਲੇ ਸਟੋਰ ਅਤੇ ਐਪ ਸਟੋਰ ਦੇ ਵਿੱਚੋਂ। ਵਰਲਡ ਨੰਬਰ 1 ਸਿੱਖ ਮੀਡੀਆ ਚੈਨਲ ਅਕਾਲ ਚੈਨਲ। ਬ੍ਰੇਕ ਤੋਂ ਬਾਅਦ ਮੈਂ ਆਪ ਜੀ ਦਾ ਫਿਰ ਸਵਾਗਤ ਕਰਦਾ ਹਾਂ। ਅਸਲ 'ਚ ਮੋਦੀ ਜਿੱਤਿਆ ਕਿਉਂ? ਸਾਰੇ ਵਿਰੋਧ ਵਿੱਚ ਹਨ, ਜਿਹੜੇ ਇਸ 'ਤੇ ਕੀਤੇ ਹੋਏ ਕੰਮ ਨੇ ਉਹਨਾਂ ਨੇ ਜਿਤਾਇਆ। ਖਾਸ ਕਰ ਯੂਪੀ ਦੇ ਵਿੱਚ ਮੁਸਲਿਮ ਔਰਤਾਂ, ਮੁਸਲਿਮ ਭਾਈਚਾਰੇ ਨੇ ਇਹਨੂੰ ਦਵਲ ਕੇ ਵੋਟਾਂ ਪਾਈਆਂ, ਔਰ ਨਤੀਜਿਆਂ ਦੇ ਵਿੱਚ ਕੁਛ ਮੁਸਲਮਾਨ ਪਰਿਵਾਰਾਂ ਦੇ ਬੱਚਿਆਂ ਦਾ ਜਨਮ ਵੀ ਹੋਇਆ, ਔਰ ਉਹਨਾਂ ਨੇ ਨਾਮ ਵੀ ਕਈਆਂ ਨੇ ਆਪਣੇ ਜਿਹੜੇ ਆ ਮੋਦੀ ਮੁਹੰਮਦ ਤੱਕ ਉਹਨਾਂ ਲੋਕਾਂ ਨੇ ਰੱਖੇ ਨੇ ਯੂਪੀ 'ਚ। ਉਹਨਾਂ ਨੇ ਆਖਿਆ ਕਿ ਇਹ ਸਾਡੀ ਸਿਕਿਉਰਿਟੀ ਹੈ, ਅਤੇ ਨਾਲ ਹੀ ਜਿਹੜੀਆਂ ਉੱਥੇ ਦੀ ਨੌਜਵਾਨ ਯੰਗਸਟਰ ਲੜਕੀਆਂ ਨੇ, ਤਲਾਕ ਦੇ ਮਸਲੇ ਦੇ ਉੱਪਰ ਉਹਨਾਂ ਨੇ ਮੋਦੀ ਦਾ ਬਹੁਤ ਵੱਡਾ ਜਿਹੜਾ ਸਹਿਯੋਗ ਦਿੱਤਾ ਹੈ। ਉਸ ਤੋਂ ਬਾਅਦ ਘਰਾਂ ਦੇ ਵਿੱਚ ਚੁੱਲ੍ਹੇ, ਗੈਸ, ਪਾਣੀ ਦੀ ਵਿਵਸਥਾ, ਬਾਥਰੂਮ ਜਿਹੜੇ ਬਣਾਏ ਨੇ, ਉਸ ਨੇ ਜਿਹੜਾ ਆ ਕਾਫੀ ਮੋਦੀ ਦੀ ਮਦਦ ਕੀਤੀ ਹੈ। ਯੂਥ ਵੋਟ ਜਿਹੜੀ 15 ਕਰੋੜ ਬਣੀ ਸੀ ਭਾਰਤ ਵਿੱਚ, ਉਹ ਮੈਕਸੀਮਮ ਜਿਹੜੀ ਵੋਟ ਆ ਮੋਦੀ ਨੂੰ ਜਿਹੜੀ ਪਈ ਹੈਗੀ ਆ। ਅਤੇ ਇਸ ਤੋਂ ਅੱਗੇ ਰਾਹੁਲ ਗਾਂਧੀ ਜਿਹੜਾ ਕਿ ਅਮੇਠੀ ਤੋਂ ਹਾਰ ਗਿਆ, ਜਿਹੜਾ ਕਿ ਉਹਨਾਂ ਦੀ ਆਪਣੀ ਜੱਦੀ ਸੀਟ ਸਮਝੀ ਜਾਂਦੀ ਸੀ, 50,000 ਤੋਂ ਵੱਧ ਵੋਟ, ਸਮ੍ਰਿਤੀ ਇਰਾਨੀ ਨੇ ਇਸ ਨੂੰ ਹਰਾਇਆ, ਔਰ ਸਮ੍ਰਿਤੀ ਇਰਾਨੀ ਨੇ ਆਖਿਆ ਕਿ ਕੌਣ ਕਹਿੰਦਾ ਹੈ ਕਿ ਅਸਮਾਨ ਦੇ ਵਿੱਚ ਸ਼ੇਕ ਨਹੀਂ ਹੋ ਸਕਦਾ। ਉਸਨੇ ਆਖਿਆ ਕਿ ਜਿਹੜਾ ਕਦੀ ਉਸ ਪਰਿਵਾਰ ਨੇ ਸੋਚਿਆ ਵੀ ਨਹੀਂ ਸੀ, ਅਸੀਂ ਉਸਨੂੰ ਉਹ ਕਰਕੇ ਦਿਖਾ ਦਿੱਤਾ ਹੈਗਾ। ਅਤੇ ਕਰਨਾਟਕਾ 'ਚ ਬੇਸ਼ੱਕ ਉਹ ਇੱਕ ਸੀਟ 'ਤੇ ਜਿੱਤਿਆ ਹੈ, ਪਰ ਅਮੇਠੀ ਤੋਂ ਉਸਨੂੰ 50,000 ਤੋਂ ਵੱਧ ਵੋਟਾਂ ਦੇ ਉੱਪਰ ਸਮ੍ਰਿਤੀ ਇਰਾਨੀ ਨੇ ਹਰਾਇਆ ਹੈ। ਬਹੁਤ ਸਾਰੇ ਕਾਂਗਰਸ ਦੇ ਲੀਡਰ ਹਾਰੇ ਨੇ, ਰਾਜ ਬੱਬਰ ਹਾਰਿਆ ਹੈ, ਅਸ਼ੋਕ ਚੌਹਾਨ ਹਾਰਿਆ ਨੇ, ਮੱਧ ਪ੍ਰਦੇਸ਼ ਤੋਂ ਕਮਲਨਾਥ ਹਾਰਿਆ ਨੇ, ਕੋਈ ਨਾਮ ਲੈ ਲਓ ਕਾਂਗਰਸ ਦਾ, ਸਭ ਹਾਰੇ ਹਾਰੇ ਆ। ਜਿੱਤਿਆ ਤਾਂ ਸਿਰਫ ਜਿੱਤੇ
8 ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਨੇ ਜਿਹੜੇ ਉਹ ਜਿਤਾਏ ਹਨ। ਅਤੇ ਇਸ ਤੋਂ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਕਾਂਗਰਸ ਰਾਹੁਲ ਗਾਂਧੀ ਤੋਂ ਬਿਨਾਂ ਚੱਲ ਸਕਦੀ ਹੈ ਜਾਂ ਗਾਂਧੀ ਨਾਮ ਤੋਂ ਬਿਨਾਂ ਚੱਲ ਸਕਦੀ ਹੈ। ਇਹ ਇੱਕ ਵੱਡਾ ਸਵਾਲ ਰਾਜਨੀਤਿਕ ਪੰਡਤਾਂ ਦੇ ਸਾਹਮਣੇ ਉੱਥੇ ਹੈ। ਬੇਸ਼ੱਕ ਰਾਹੁਲ ਗਾਂਧੀ ਨੇ ਕੁਛ ਦਿਨਾਂ ਲਈ ਆਪਣਾ ਜਿਹੜਾ ਅਸਤੀਫਾ ਹਾਲੇ ਕੋਲ ਰੱਖਿਆ ਹੈ, ਬਈ ਨਹੀਂ ਮਨਜ਼ੂਰ ਕਰਵਾਇਆ, ਕਿਉਂਕਿ ਉਸਦਾ ਆਖਣਾ ਕਿ ਮੈਂ ਨਹੀਂ ਬਿਲਕੁਲ ਪ੍ਰਧਾਨ ਬਣਾਂਗਾ। ਪ੍ਰਿੰਕਾ ਵਾਡਰਾ ਉਸਦੀ ਭੈਣ ਨੇ ਆਖਿਆ ਹੈ ਕਿ ਸਾਡੀ ਪਾਰਟੀ ਦੇ ਨੇਤਾਵਾਂ ਨੇ ਸਾਡੀ ਹੀ ਪਿੱਠ ਵਿੱਚ ਛੁਰਾ ਮਾਰਿਆ। ਉਸਨੇ ਆਖਿਆ ਕਿ ਪਾਰਟੀ ਨੇਤਾਵਾਂ ਨੇ ਕੋਈ ਕੰਮ ਨਹੀਂ ਕੀਤਾ ਪਾਰਟੀ ਨੂੰ ਇਕੱਠਿਆਂ ਕਰਨ ਵਾਸਤੇ ਔਰ ਪਾਰਟੀ ਦੇ ਪ੍ਰਚਾਰ ਵਾਸਤੇ। ਮੈਂ ਤਾਂ ਮੇਰਾ ਭਰਾ ਦੋਨੋਂ ਹੀ ਲੱਗੇ ਰਹੇ, ਪਰ ਜੋ ਵੋਟਾਂ ਸਾਨੂੰ ਪਈਆਂ ਸਭ ਦੇ ਸਾਹਮਣੇ ਨੇ। ਉਸਨੇ ਆਖਿਆ ਕਿ ਸਾਨੂੰ ਇਸਦੇ ਉੱਪਰ ਜਿਹੜਾ ਬੜਾ ਵੱਡਾ ਰੋਸ ਵੀ ਹੈ। ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ 4 ਸੀਟਾਂ ਲਈਆਂ ਸੀ, ਉਹ ਵੀ ਹਾਸ਼ੀਏ 'ਤੇ ਆ ਕੇ ਇੱਕ ਸੀਟ 'ਤੇ ਭਗਵੰਤ ਮਾਨ ਜਿੱਤਿਆ। ਉੱਥੇ ਪਾਰਟੀ ਨੇ ਜਿੱਤੀ ਹੋ ਸਕਦਾ ਉਸਦਾ ਆਪਣਾ ਕੰਮ ਜਿੱਤਿਆ, ਕਿਉਂਕਿ ਦਿੱਲੀ ਵਿੱਚ ਵੀ ਆਮ ਆਦਮੀ ਪਾਰਟੀ 7 ਸੀਟਾਂ ਹਾਰ ਗਈਆਂ। ਹੰਸ ਰਾਜ ਜਲੰਧਰ ਤੋਂ ਜਾ ਕੇ ਬੀਜੇਪੀ 'ਚ ਸ਼ਾਮਿਲ ਹੋ ਕੇ ਦਿੱਲੀ ਦੇ ਵਿੱਚ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਵੱਲੋਂ ਮੈਂਬਰ ਪਾਰਲੀਮੈਂਟ ਜਿਹੜਾ ਬਣਿਆ ਹੈਗਾ ਦਿੱਲੀ ਦੇ ਵਿੱਚ। ਤਾਂ ਕੇਜਰੀਵਾਲ ਨੇ ਆਖਿਆ ਕਿ ਇਹ ਜਿਹੜੀ ਚੋਣ ਹੋਈ ਹੈਗੀ ਆ, ਸ਼ੱਕ ਲੱਗਦੀ ਆ ਬਈ EVM ਮਸ਼ੀਨਾਂ 'ਚ ਕੋਈ ਗੜਬੜ ਸ਼ਾਇਦ ਹੋਵੇ। ਇਹ ਕੇਜਰੀਵਾਲ ਦਾ ਕਹਿਣਾ ਹੈ, ਪਰ ਜਦੋਂ ਕੇਜਰੀਵਾਲ ਆਪ ਜਿੱਤਿਆ ਸੀ ਉਦੋਂ EVM ਮਸ਼ੀਨਾਂ ਠੀਕ ਸੀ, ਅਤੇ ਹੁਣ EVM ਮਸ਼ੀਨਾਂ ਜਿਹੜੀਆਂ ਗਲਤ ਹੋ ਗਈਆਂ। ਪਰ ਅੱਜ ਉਹ ਸਹੁੰ ਚੁੱਕ ਸਮਾਗਮ ਦੇ ਵਿੱਚ ਜ਼ਰੂਰ ਉਹ ਸ਼ਾਮਿਲ ਹੋਇਆ ਹੈਗਾ। ਦੇਸ਼ ਦੇ ਉੱਪਰ ਜਿਹੜੀ ਬਹੁਜਨ ਸਮਾਜ ਪਾਰਟੀ ਹੈ, ਸਾਰੇ ਚੋਣ ਨਤੀਜਿਆਂ ਤੋਂ ਲੱਗ ਰਿਹਾ ਕਿ ਜਿਹੜੀਆਂ ਖੇਤਰੀ ਪਾਰਟੀਆਂ ਨੇ ਉਹਨਾਂ ਦਾ ਕੋਈ ਬੜਾ ਭਵਿੱਖ ਵਧੀਆ ਨਹੀਂ ਰਿਹਾ। ਬੇਸ਼ੱਕ ਆਂਧਰਾ ਪ੍ਰਦੇਸ਼ 'ਚ ਦੇਖ ਲਓ, ਬੰਗਾਲ ਦੇ ਵਿੱਚ TMC ਦੇਖ ਲਓ, ਇਹ ਸੀਟਾਂ ਹਰੇ ਹੀ ਨੇ, ਘੱਟ ਤੋਂ ਘੱਟ ਜਿਹੜੀਆਂ ਸੀਟਾਂ ਜਿਹੜੀਆਂ ਹਰੇ ਨੇ। UP ਦੇ ਵਿੱਚ ਆਪਣੇ ਬਹੁਜਨ ਸਮਾਜ ਪਾਰਟੀ, ਅਖਿਲੇਸ਼ ਯਾਦਵ ਦੀ ਪਾਰਟੀ, ਪੰਜਾਬ ਦੇ ਵਿੱਚ ਅਕਾਲੀ ਦਲ, ਅਤੇ ਇਹ ਸੀਟਾਂ ਜਿਹੜੀਆਂ ਆ ਛੋਟੀਆਂ ਪਾਰਟੀਆਂ ਹਰੀਆਂ ਨੇ। ਪਰ ਭਾਰਤੀ ਜਨਤਾ ਪਾਰਟੀ ਜਿਹੜੀ ਇੱਕ ਵੱਡੇ ਨੈਸ਼ਨਲ ਪੱਧਰ 'ਤੇ ਜਿਹੜੀ ਸਾਹਮਣੇ ਆਈ ਹੈਗੀ ਆ, ਅਤੇ ਪੰਜਾਬ ਦੇ ਵਿੱਚ ਟਕਸਾਲੀ ਅਕਾਲੀ ਉਹ ਵੀ ਇਸ ਵੇਲੇ ਲੱਭਣ ਨਹੀਂ ਡਏ ਹੋ, ਅਤੇ ਨਾਲ ਹੀ ਸੁਖਪਾਲ ਸਿੰਘ ਖਹਿਰਾ ਉਹ ਹੁਣ ਕਿਸ ਪਾਸੇ ਜਾਏਗਾ ਇਹ ਵੀ ਹੁਣ ਸਮਾਂ ਦੱਸੇਗਾ, ਕਿਉਂਕਿ ਕਾਫੀ ਮਿਹਨਤ ਕਰ ਰਿਹਾ ਸੀ ਪੰਜਾਬ, ਕਹਿੰਦਾ ਪੰਜਾਬ ਨੂੰ ਚੰਗੀਆਂ ਲੀਹਾਂ 'ਤੇ ਲਿਜਾਣਾ ਹੈ, ਮਿਹਨਤ ਕਰ ਰਿਹਾ ਸੀ, ਪਰ ਲੋਕਾਂ ਨੇ ਉਸਦਾ ਜਿਹੜਾ ਸਾਥ ਨਹੀਂ ਦਿੱਤਾ। ਔਰ ਸਿਆਸੀ ਪੰਡਤਾਂ ਦਾ ਕਹਿਣਾ ਕਿ ਪੰਜਾਬ ਦੇ ਵਿੱਚ ਕਾਂਗਰਸ ਜਿੱਤ ਕੇ ਵੀ ਹਾਰ ਗਈ ਅਤੇ ਅਕਾਲੀ ਹਾਰ ਕੇ ਵੀ ਜਿਹੜੇ ਆ ਪੰਜਾਬ ਦੇ ਵਿੱਚ ਜਿੱਤ ਗਏ, ਕਿਉਂਕਿ ਕਾਂਗਰਸ ਅਤੇ ਸਭ ਵਿਰੋਧੀ ਪਾਰਟੀਆਂ ਦਾ ਬਰਗਾੜੀ ਮੋਰਚਾ ਵਿੱਚ ਐਵਰੀ ਬੋਡੀ ਸਾਰਿਆਂ ਦਾ ਇਹ ਜ਼ੋਰ ਸੀ ਵੀ 2 ਸੀਟਾਂ ਜਿਹੜੀਆਂ ਜ਼ਰੂਰ ਹਰਾਉਣੀਆਂ, ਬਾਕੀ ਭਾਵੇਂ ਅਕਾਲੀ ਦਲ ਸਾਰੇ ਜਿੱਤ ਜਾਏ, 1 ਬਠਿੰਡਾ ਅਤੇ 1 ਫਿਰੋਜ਼ਪੁਰ 2 ਸੀਟਾਂ 'ਤੇ। ਹਰ ਰੋਜ਼ ਉੱਥੇ ਇਹਨਾਂ ਦੇ ਖਿਲਾਫ ਜਿਹੜੇ ਜਲੂਸ ਨਿਕਲਦੇ ਸਨ, ਮੁਜ਼ਾਹਰੇ ਨਿਕਲਦੇ ਸਨ, ਬਾਦਲ ਭਜਾਓ ਪੰਜਾਬ ਬਚਾਓ, ਪਰ ਲੋਕਾਂ ਨੇ ਵੀ ਕੁਛ ਦੇਖਿਆ ਵੀ ਇਹ ਗਲਤ ਪ੍ਰਚਾਰ ਹੋ ਰਿਹਾ, ਅਤੇ ਦੋਨੇ ਸੀਟਾਂ ਦੇ ਉੱਪਰ ਬਠਿੰਡੇ ਉੱਪਰ 20,000 ਤੋਂ ਉੱਪਰ ਹਰਸਿਮਰਨ ਜਿੱਤੀ ਹੈ, ਔਰ ਫਿਰੋਜ਼ਪੁਰ ਦੇ ਵਿੱਚ 2.5 ਲੱਖ ਤੋਂ ਵੱਧ ਵੋਟਾਂ ਦੇ ਉੱਪਰ ਸੁਖਵੀਰ ਸਿੰਘ ਜਿਹੜਾ ਬਾਦਲ ਜਿਹੜਾ ਉੱਥੇ ਜਿੱਤਿਆ ਹੈਗਾ, ਕਿਉਂਕਿ ਫਿਰੋਜ਼ਪੁਰ ਸੀਟ ਦੇ ਉੱਪਰ ਜੋ ਕਾਂਗਰਸ ਦੀ ਈਵਨ ਰਾਹੁਲ ਗਾਂਧੀ ਦੀ ਇਹ ਸੋਚ ਸੀ ਕਿ ਉੱਥੇ ਜਿਹੜਾ ਜਾਤੀਵਾਦ ਹੈ ਉਸ ਦੇ ਹਿਸਾਬ ਦੇ ਨਾਲ, ਗੁਣੇ ਦੇ ਹਿਸਾਬ ਨਾਲ ਸਾਡੀ ਪਾਰਟੀ ਜਿੱਤ ਜਾਏਗੀ, ਕਿਉਂਕਿ ਕਵਾਇਤੀ ਜਿਹੜਾ ਉੱਥੇ ਰਾਏ ਸਿੱਖ ਨੇ ਉਹਨਾਂ ਦੀ ਆਪਣੀ 30% ਤੋਂ ਵੋਟ ਓਪਨ ਨੇ, ਅਤੇ ਇੱਥੇ ਸਾਡੀ ਪਾਰਟੀ ਜਿੱਤ ਜਾਏਗੀ। ਪਰ ਉਹ ਜਿਹੜੀ ਆ ਵੋਟ ਉਹ ਵੀ ਅਕਾਲੀ ਦਲ ਦੇ ਪਾਲੇ ਵਿੱਚ ਆ ਗਈ, ਅਤੇ ਅਕਾਲੀ ਦਲ ਨੂੰ ਜਿਹੜੀ ਵੋਟ ਉਹ ਪਈ ਹੈਗੀ ਆ। ਅਤੇ ਧਿਆਨ ਸਿੰਘ ਦੇ ਆਪਣੇ ਪਿੰਡ ਦੇ ਵਿੱਚ ਦੱਸਿਆ ਜਾ ਰਿਹਾ ਕਿ ਉਹਨਾਂ ਦੀ ਪਾਰਟੀ ਨੂੰ 7 ਜਾਂ 8 ਵੋਟਾਂ ਪਈਆਂ, 250 ਕਾਂਗਰਸ ਨੂੰ ਪਈ ਹੈ, ਔਰ ਅਕਾਲੀ ਦਲ ਨੂੰ 900 ਦੇ ਕਰੀਬ ਵੋਟ ਉਹਨਾਂ ਦੇ ਆਪਣੇ ਪਿੰਡ ਵਿੱਚ ਜਿਹੜੀ ਪਈ ਹੈਗੀ ਆ। ਔਰ ਜੋ ਸ਼ੇਰ ਸਿੰਘ ਘਵਾਇਆ ਦਾ ਆਪਣਾ ਲੜਕਾ ਹੈ MLA ਕਾਂਗਰਸ ਵੱਲੋਂ, ਉਸ ਦੀ ਸੀਟ ਦੇ ਉੱਪਰ ਸੁਖਵੀਰ ਸਿੰਘ ਬਾਦਲ ਫਾਜ਼ਿਲਕਾ ਦੇ ਵਿੱਚ 29,000 ਤੋਂ ਵੱਧ ਵੋਟਾਂ ਲੈ ਕੇ ਜਿਹੜਾ ਜਿੱਤਿਆ। ਹਰੇਕ ਕੰਸਟੀਚੁਐਂਸੀ 'ਚ 25,000 ਤੋਂ ਵੱਧ ਜਿਹੜੀ ਲੀਡ ਜਿਹੜੀ ਆ ਉਹ ਸੁਖਵੀਰ ਸਿੰਘ ਬਾਦਲ ਨੇ ਲਈ ਹੈ। ਔਰ ਅਕਾਲੀ ਦਲ ਜਿਹੜਾ ਆਪਣੀ ਵੋਟ ਪਰਸੈਂਟ 7% ਵਧਾ ਗਿਆ ਅੱਗੇ ਨਾਲੋਂ, 37% 'ਤੇ ਆ ਗਿਆ 30 ਤੋਂ, ਔਰ ਕਾਂਗਰਸ 40 'ਤੇ, ਹੁਣ ਫਰਕ ਸਿਰਫ 1.5% ਦਾ ਰਹਿ ਗਿਆ, 1.5 ਇੱਧਰ ਨੂੰ ਹੋ ਗਿਆ ਜਾਂ 1.5 ਉੱਧਰ ਨੂੰ ਹੋ ਗਿਆ। ਅਤੇ ਇਹਨਾਂ ਚੋਣਾਂ ਦੇ ਵਿੱਚ ਅਕਾਲੀ ਦਲ ਆਪਣੀਆਂ 25 ਸੀਟਾਂ ਤੋਂ ਉੱਪਰ ਜਿਹੜੀ ਪੁਜੀਸ਼ਨ ਆ ਅੱਗੇ ਨਾਲੋਂ ਵਧੀਆ ਕਰ ਗਿਆ ਹੈਗਾ। ਅਤੇ ਜੇਕਰ ਅਸੀਂ ਸਾਰੀਆਂ ਸੀਟ ਵੱਲ ਜਾਈਏ ਤਾਂ ਸਭ ਤੋਂ ਵੱਧ ਜੋ ਪਰਸੈਂਟੇਜ ਮਿਲੀ ਆ ਉਹ ਸੁਖਵੀਰ ਸਿੰਘ ਬਾਦਲ ਨੂੰ ਮਿਲੀ ਹੈ,
ਸੁਖਬੀਰ ਸਿੰਘ ਬਾਦਲ ਨੂੰ 54.5%, ਅੱਧ ਨਾਲੋਂ ਵੱਧ ਵੋਟਾਂ ਜਿਹੜੀਆਂ ਫਿਰੋਜ਼ਪੁਰ ਵਿੱਚ ਪਈਆਂ ਅਤੇ ਘਵਾਏ ਨੂੰ 37.8% ਵੋਟਾਂ ਹੀ ਸਿਰਫ ਉੱਥੇ ਪਈਆਂ ਨੇ। ਉਸ ਤੋਂ ਬਾਅਦ ਪਟਿਆਲਾ ਸੀਟ 'ਤੇ ਆਉਂਦੇ ਹੈਗੇ ਆ, ਜਿੱਥੋਂ ਕੈਪਟਨ ਸਾਹਿਬ ਦੀ ਧਰਮ ਪਤਨੀ ਜਿੱਤੀ ਹੈਗੀ ਆ ਪਨੀਤ ਕੌਰ, ਉਸ ਨੂੰ 45.17% ਅਤੇ ਰੱਖੜਾ ਨੂੰ 31% ਜਿਹੜੀਆਂ ਵੋਟਾਂ ਪਈਆਂ ਹੈਗੀਆਂ। ਸੁਨੀਲ ਜਾਖੜ ਵੀ ਜਿਹੜਾ ਕਾਫੀ ਵੱਡੇ ਫਰਕ ਦੇ ਨਾਲ ਹਾਰਿਆ ਹੈਗਾ। ਅਤੇ ਇਸ ਦੇ ਉੱਪਰ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਪਾਰਟੀ ਦੀ ਜਿਹੜੀ ਆ ਮੀਟਿੰਗ ਵੀ ਸੱਦੀ, ਔਰ ਮੀਟਿੰਗ ਦੇ ਵਿੱਚ ਸਾਰੇ MLA ਜਾਂ MP ਜਾਂ ਹੋਰ ਲੀਡਰ ਸੱਦੇ ਅਤੇ ਉਸਨੇ ਲੇਖਾ ਜੋਖਾ ਵੀ ਕੀਤਾ। ਦੱਸਿਆ ਜਾ ਰਿਹਾ ਕਿ ਮੁੱਖ ਕਾਰਨ ਇਹ ਹੈ ਸ਼ਹਿਰਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਵੱਧ ਵੋਟ ਪੈਣ ਦਾ ਔਰ ਕਾਂਗਰਸ ਦੇ ਹਨ ਦਾ, ਕਿ ਨਵਜੋਤ ਸਿੰਘ ਸਿੱਧੂ ਦਾ ਮਹਿਕਮਾ ਜਿਹੜਾ ਆ ਉਹ ਆਪਣਾ ਫੇਲ ਹੋ ਗਿਆ ਆਪਣੇ ਸ਼ਹਿਰਾਂ ਦੇ ਵਿੱਚ ਕੰਮ ਕਰਨ ਵਾਸਤੇ ਨਵਜੋਤ ਸਿੰਘ ਸਿੱਧੂ, ਉਸਦਾ ਉਹਨਾਂ ਦਾ ਇਹ ਕਹਿਣਾ। ਪਰ ਸਿੱਧੂ ਕਹਿੰਦਾ ਮੇਰੇ ਇਕੱਲੇ ਦੀ ਜ਼ਿੰਮੇਵਾਰੀ ਨਹੀਂ, ਬਾਕੀ ਮੰਤਰੀ ਕੀ ਕਰਦੇ ਸੀ, ਉਹਨਾਂ ਕਰਕੇ ਵੀ ਜਿਹੜੀਆਂ ਵੋਟਾਂ ਉੱਥੇ ਘੱਟ ਪਈਆਂ ਨੇ। ਅਤੇ ਇਸ ਤਰ੍ਹਾਂ ਕਾਂਗਰਸ ਦੇ ਵਿੱਚ ਕਾਫੀ ਕਾਟੋ ਕਲੇਸ਼ ਜਿਹੜਾ ਇਹ ਝੱਲ ਰਿਹਾ ਹੈਗਾ। EVM ਮਸ਼ੀਨਾਂ ਦਾ ਪਿਛਲੀ ਵਾਰੀ ਇੱਕ ਭਾਈ ਸਾਹਿਬ ਨੇ ਸਵਾਲ ਕੀਤਾ ਸੀ ਵੀ EVM ਮਸ਼ੀਨਾਂ ਗਲਤ ਆ, ਅਤੇ ਗੱਲ ਅੱਗੇ ਵੀ ਤੁਰੀ ਸੀ। EVM ਮਸ਼ੀਨਾਂ ਜਿਹੜੀਆਂ ਆ ਭਾਰਤ ਵਿੱਚ ਕੋਈ ਨਵੀਆਂ ਨਹੀਂ ਚੱਲੀਆਂ, ਪਿਛਲੀਆਂ ਇਲੈਕਸ਼ਨਾਂ 2-3 ਕਈ ਵਾਰ ਇਲੈਕਸ਼ਨਾਂ ਵਿਧਾਨ ਸਭਾ ਦੀਆਂ ਪਾਰਲੀਮੈਂਟ ਦੀਆਂ ਇਸ ਦੇ ਉੱਪਰ ਹੋਈਆਂ, ਔਰ ਜਿਹੜੇ ਲੋਕ ਹਰਦੇ ਨੇ ਜਾਂ ਉਹਨਾਂ ਦੇ ਸਮਰਥਕ ਨੇ ਉਹ ਇਹੀ ਕਹਿੰਦੇ ਨੇ ਕਿ EVM ਮਸ਼ੀਨਾਂ ਜਿਹੜੀਆਂ ਖਰਾਬ ਹੁੰਦੀਆਂ ਨੇ। ਇਲੈਕਸ਼ਨ ਕਮਿਸ਼ਨ ਕੋਲ ਕੁਛ ਰਿਪੋਰਟਾਂ ਪਹੁੰਚੀਆਂ, ਤਸੱਲੀ ਹੋਈ, ਸੁਪਰੀਮ ਕੋਰਟ ਨੇ ਤਸੱਲੀ ਕਰਾਈ, ਪਰ ਕਿਸੇ ਨੇ ਇਹ ਨਹੀਂ ਦਿਖਾ ਲਿਆ ਵੀ ਆਹ ਲਓ ਜੀ EVM ਮਸ਼ੀਨਾਂ ਗਲਤ ਰਿਜ਼ਲਟ ਦੇ ਰਹੀਆਂ ਅਤੇ ਗਲਤ ਵੋਟਾਂ ਪਾਈਆਂ ਸੀ, ਗਲਤ ਰਿਜ਼ਲਟ ਆ ਰਿਹਾ। ਇੱਦਾਂ ਦੇ ਹਾਲੇ ਤਾਈਂ ਕੋਈ ਮੂਹਰੇ ਨਤੀਜੇ ਨਹੀਂ ਆਏ, ਔਰ ਨਾ ਹੀ ਕੋਈ FIR ਜਾਂ ਹੋਰ ਕੋਈ ਵਿਰੋਧੀ ਪਾਰਟੀਆਂ ਨੇ ਇਸ ਦੇ ਉੱਪਰ ਦਰਜ ਕੀਤਾ। ਜਦੋਂ ਨਤੀਜੇ ਵੋਟਾਂ ਗਹਿਣ ਹੋਈਆਂ ਵਿਰੋਧੀ ਪਾਰਟੀਆਂ ਵੀ ਕੋਲ ਖੜ੍ਹੀਆਂ ਸਨ, ਕਿਸੇ ਨੇ ਓਬਜੈਕਸ਼ਨ ਨਹੀਂ ਕੀਤਾ, ਨਾ ਹੀ ਉੱਥੇ ਰਵਨੀਤ ਬਿੱਟੂ ਨੇ ਕੀਤਾ ਵੀ ਮਸ਼ੀਨ ਗਲਤ ਆ ਮੈਨੂੰ ਜਿਤਾਤਾ, ਨਾ ਮਨੀਸ਼ ਤਿਵਾੜੀ ਨੇ ਕੀਤਾ, ਜਿੱਤੇ ਉਹ ਵੀ ਆ। ਅਤੇ ਇਸ ਤੋਂ ਬਾਅਦ ਉੜੀਸਾ ਦੇ ਵਿੱਚ ਲੋਕ ਸਭਾ ਸੀਟਾਂ ਜਿਹੜੀਆਂ ਆ ਉਹ ਭਾਰਤੀ ਜਨਤਾ ਪਾਰਟੀ ਜਿੱਤੀ, ਔਰ ਜਿਹੜੀ ਰਾਜ ਦੀਆਂ ਸੀਟਾਂ ਵਿਧਾਨ ਸਭਾ ਉੱਥੇ ਨਵਨੀਤ ਪਟਨਾਇਕ ਦੀ ਜਿਹੜੀ ਆ ਬੀਜੂ ਦਲ ਉਹ ਉੱਥੇ ਆਪਣੀ ਸਰਕਾਰ ਉਸਨੇ ਪੰਜਵੀਂ ਵਾਰੀ ਜਿਹੜੀ ਬਣਾਈ ਹੈ। ਕੇਰਲਾ ਦੇ ਵਿੱਚ ਜਿਹੜੀ ਆ ਵਿਰੋਧੀ ਪਾਰਟੀ ਦੀ ਸਰਕਾਰ ਜਿਹੜੀ ਬਣੀ ਹੈਗੀ ਆ। ਕਹਿਣ ਤੋਂ ਭਾਵ ਬਈ ਜੋ ਲੋਕ ਹਰੇ ਉਹੀ ਕਹਿ ਰਹੇ ਨੇ, ਜੋ ਲੋਕ ਜਿੱਤੇ ਉਹ ਨਹੀਂ ਕਹਿ ਰਹੇ, ਉਹਨੀ ਕਹਿਣਾ ਵੀ ਨਹੀਂ ਹੁੰਦਾ, ਪਰ ਕਿਤੇ ਵਿਰੋਧੀ ਹਾਰੇ ਤਾਂ ਕਿਤੇ ਵਿਰੋਧੀ ਜਿੱਤੇ EVM ਮਸ਼ੀਨਾਂ ਨੇ ਉਹੀ ਰਿਜ਼ਲਟ ਦੇਣੇ ਨੇ ਜੋ ਲੋਕਾਂ ਨੇ ਉੱਥੇ ਜਿਹੜਾ ਆ ਬਟਨ ਜਿਹੜਾ ਦੱਬਣਾ ਹੈਗਾ। ਸੋ EVM ਮਸ਼ੀਨਾਂ ਦੇ ਜਿੰਨਾ ਚਿਰ ਇਹ ਪੂਰੀ ਤਰ੍ਹਾਂ ਪੜਤਾਲ ਕਰਕੇ ਸਾਹਮਣੇ ਨਹੀਂ ਆਉਂਦਾ ਵੀ ਗਲਤ ਆ ਕਿ ਸਹੀ ਆ, ਦੋਸ਼ ਤਾਂ ਇੱਕ ਦੂਸਰੇ 'ਤੇ ਲਾ ਕੇ ਸਮਾਂ ਬਰਬਾਦੀ ਆਪਾਂ ਕਹਿ ਲਓ ਵੀ ਕਰਨ ਵਾਲੀ ਜਿਹੜੀ ਗੱਲ ਹੈਗੀ ਆ। ਬਾਕੀ ਪਾਰਟੀਆਂ ਦੇ ਸਮਰਥਕ ਸਾਰੇ ਹੁੰਦੇ ਨੇ, ਕੋਈ ਕਿਸੇ ਪਾਰਟੀ ਦਾ ਜਿਹੜਾ ਕੋਈ ਇਨਸਾਨ ਫੋਨ ਕਰਦਾ ਉਹ ਵੀ ਇਸ ਕਰਕੇ ਕਰਦਾ ਕਿ ਉਹ ਉਸਦੀ ਪਾਰਟੀ ਜਿਹੜੀ ਆ ਉਹ ਹਾਰੀ ਹੋਵੇ ਜਾਂ ਉਸਦੀ ਸੋਚ ਦੇ ਮੁਤਾਬਕ ਉਸਨੂੰ ਵੋਟਾਂ ਨਾ ਪਈਆਂ ਹੋਣ, ਤਾਂ ਦੂਸਰੇ ਨੂੰ ਕਹਿੰਦਾ ਵੀ ਤੁਹਾਡੀ ਪਾਰਟੀ ਜਿੱਤੀ ਜਾਂ ਹਾਰੀ, ਸੋ ਇਹੋ ਜਿਹੀਆਂ ਗੱਲਾਂ ਜਿਹੜੀਆਂ ਇਹਨਾਂ ਤੋਂ ਉੱਠ ਕੇ ਉੱਪਰ ਜਿਹੜੀ ਸੋਚ ਆ ਉਹ ਹੋਣੀ ਚਾਹੀਦੀ ਆਪਣੀ ਸਾਰੇ। ਕਰਤਾਰਪੁਰ ਦੇ ਲਾਂਘੇ ਸੰਬੰਧੀ ਆਪਾਂ ਗੱਲ ਕਰਾਂਗੇ, ਉੱਥੇ ਇਹ ਗੱਲ ਹਾਲੇ ਵਿੱਚ ਅਟਕ ਗਈ ਆ ਕਿਉਂਕਿ ਦੋਵਾਂ ਪਾਸਿਆਂ 'ਤੇ ਕਮੇਟੀਆਂ ਦੀ ਮੀਟਿੰਗ ਹੋਈ ਸੀ ਜਿਸ ਦੇ ਵਿੱਚ ਭਾਰਤ ਦੀ ਸਾਈਡ ਦੇ ਅਧਿਕਾਰੀਆਂ ਨੇ ਆਖਿਆ ਸੀ ਕਿ ਜਿਹੜਾ ਬ੍ਰਿਜ ਹੈਗਾ ਉਹ ਭਾਰਤੀ ਜਿਹੜਾ ਲਾਂਘੇ ਵਾਲਾ ਹਿੱਸਾ ਆ ਉੱਥੋਂ ਉੱਪਰੋਂ ਬੇਈ ਤੱਕ ਉੱਪਰ ਦੀ ਬਣਨਾ ਚਾਹੀਦਾ ਕਿਉਂਕਿ ਰਾਵੀ ਦਰਿਆ 'ਚ ਜਦੋਂ ਹੜ੍ਹ ਆਉਂਦੇ ਨੇ ਤਾਂ ਸੜਕਾਂ ਜਿਹੜੀਆਂ ਖਰਾਬ ਹੋ ਜਾਂਦੀਆਂ ਨੇ। ਅਤੇ ਉਹਨਾਂ ਨੇ ਕਿਹਾ ਕਿ ਉਹ ਜਿਹੜਾ ਕੋਰੀਡੋਰ ਦਾ ਜਿਹੜਾ ਬ੍ਰਿਜ ਆ ਕਾਫੀ ਲੰਬਾ ਹੋਣਾ ਚਾਹੀਦਾ, ਪਰ ਪਾਕਿਸਤਾਨ ਸਰਕਾਰ ਇਸ ਦੇ ਉੱਪਰ ਨਹੀਂ ਮੰਨੀ ਹੈਗੀ। ਅਤੇ ਚੰਡੀਗੜ੍ਹ ਦੇ ਵਿੱਚ ਅਕਾਲੀ ਦਲ ਨੇ ਵੀ ਆਪਣੀ ਮੀਟਿੰਗ ਕੀਤੀ ਹੈ, ਸਾਰਾ ਰਿਵਿਊ ਕੀਤਾ ਹੈ ਵੀ ਕਿਹੜੀ ਪਾਰਟੀ ਜਿਹੜੀ ਸਾਡੀ ਵੋਟਾਂ ਘੱਟ ਪਈਆਂ ਕਿਹੜੀਆਂ ਸੀਟਾਂ 'ਤੇ, ਭਵਿੱਖ ਵਿੱਚ ਉੱਥੇ ਅਸੀਂ ਕੀ ਕਰਨਾ ਹੈ ਕੀ ਨਹੀਂ ਕਰਨਾ ਹੈ। ਸੋ ਇਹਨਾਂ ਚੋਣਾਂ ਦੇ ਵਿੱਚ ਬਹੁਤ ਸਾਰੇ ਨਵੇਂ ਇਤਿਹਾਸ ਜਿਹੜੇ ਸਿਰਜੇ ਗਏ ਨੇ ਅਤੇ ਕਾਂਗਰਸ ਪਾਰਟੀ ਦਾ ਆਪਣਾ ਇਤਿਹਾਸ ਬਣਿਆ, ਭਾਰਤੀ ਜਨਤਾ ਪਾਰਟੀ ਦਾ ਆਪਣਾ, ਔਰ ਸੁਖਬੀਰ ਸਿੰਘ ਬਾਦਲ ਇਹਨਾਂ ਚੋਣਾਂ ਦੇ ਵਿੱਚ ਇੱਕ ਤਕੜਾ ਲੀਡਰ ਬਣ ਕੇ ਜਿਹੜਾ ਸਾਹਮਣੇ ਆਇਆ ਹੈਗਾ ਉਹ ਇਹ ਨਤੀਜੇ ਦੱਸਦੇ ਨੇ। ਜੋ ਉਸਨੂੰ 62% ਪਿਆ ਫਿਰੋਜ਼ਪੁਰ ਦਾ ਉਹ ਵੀ, ਬਾਕੀ ਸੀਟਾਂ ਦੇ ਉੱਪਰ ਲੀਡਰਾਂ ਦੇ ਆਪਣੇ ਆਪਣੇ ਜਿਹੜੇ ਕੰਮ ਹੁੰਦੇ ਨੇ ਜਾਂ ਕਿਸ ਨੂੰ ਲੋਕ ਜਿਹੜਾ ਸਰਕਾਰਾਂ ਨੂੰ ਪਸੰਦ ਕਰਦੇ ਉਸ ਹਿਸਾਬ ਦੇ ਨਾਲ ਚੁਣ ਹੁੰਦੇ ਨੇ। ਅਤੇ ਇਸ ਜਿਹੜਾ ਚੋਣਾਂ ਹੋਈਆਂ ਨੇ ਹਿੰਦੁਸਤਾਨ ਭਾਰਤ ਵਿੱਚ ਦੁਨੀਆ ਦੀ ਵੱਡੀ ਡੈਮੋਕ੍ਰੇਸੀ ਹੈ, 93 ਕਰੋੜ ਲੋਕਾਂ ਨੇ ਵੱਧ ਵੋਟਾਂ ਪਾਈਆਂ, ਉਹ ਲੋਕ ਜਿਹੜੇ ਕਹਿੰਦੇ ਨੇ ਕਿ EVM ਮਸ਼ੀਨਾਂ ਵਿੱਚ ਹੇਰਾ ਫੇਰੀ ਆ ਤਾਂ ਸਮਝਿਆ ਜਾਵੇਗਾ ਕਿ ਜੋ ਇੰਨੇ ਲੋਕਾਂ ਨੇ ਕਰੋੜਾਂ 'ਚ ਵੋਟਾਂ ਪਾਈਆਂ
ਉਹਨਾਂ ਦੀ ਵਿਆਖਿਆ ਸੁਣਦਾ ਆਪਾਂ ਉਹਨਾਂ ਦੇ ਹੱਕ ਦੇ ਉੱਪਰ ਜੋ ਨੇ ਚੋਣ ਵੋਟ ਪਾਈ ਆ ਮਤ ਦੀ ਉਸ ਦੇ ਉੱਪਰ ਵੀ ਨਿਸ਼ਾਨੀਆਂ ਸਵਾਲ ਜਿਹੜਾ ਖੜ੍ਹੇ ਕਰਨ ਦੀ ਜਿਹੜੀ ਗੱਲ ਕੀਤੀ ਹੈਗੀ ਆ ਅਤੇ ਬਾਕੀ ਆਪਾਂ ਨੂੰ ਇੱਥੇ ਬੈਠਿਆਂ ਨੂੰ ਹੋਰ ਤਰ੍ਹਾਂ ਲੱਗਦਾ ਹੈ ਜਦੋਂ ਆਪਾਂ ਪੰਜਾਬ ਜਾਂ ਇੰਡੀਆ ਨੂੰ ਜਾਂਦੇ ਹਾਂ ਉਹਨਾਂ ਲੋਕਾਂ ਦੀ ਸੋਚ ਹੋਰ ਹੈ ਆਪਣੀ ਸੋਚ ਜਿਹੜੀ ਹੋਰ ਹੈਗੀ ਆ ਇਹਨਾਂ ਖਬਰਾਂ ਦੇ ਉੱਪਰ ਜੋ ਆਪਾਂ ਨਜ਼ਰ ਮਾਰੀ ਹੈ ਇੰਨੀਆਂ ਹੀ ਹਨ ਇਸ ਦੇ ਉੱਪਰ ਜਿਹੜੀ ਅਗਲਿਆਂ ਨੂੰ ਹੋਰ ਆਪਾਂ ਡੂੰਘਾਈ ਵਿੱਚ ਜਾ ਕੇ ਜ਼ਰੂਰ ਕੋਸ਼ਿਸ਼ ਕਰਾਂਗੇ ਗੱਲਬਾਤ ਕੀਤੀ ਜਾਵੇ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਤੁਸੀਂ ਅਕਾਲ ਚੈਨਲ ਨੂੰ ਕਿਸੇ ਵੀ ਸਮੇਂ ਕਿਸੇ ਵੀ ਥਾਂ ਤੇ ਦੇਖ ਸਕਦੇ ਹੋ ਉਹ ਵੀ ਅਕਾਲ ਚੈਨਲ ਦੀ ਐਪ ਦੇ ਜ਼ਰੀਏ ਜਿਸ ਦੇ ਵਿੱਚ ਲਾਈਵ ਟੀਵੀ ਪ੍ਰੋਗਰਾਮ ਵੀਡੀਓਜ਼ ਕੈਚਅਪ ਟੀਵੀ ਅਕਾਲ ਰੇਡੀਓ ਅਤੇ ਨੋਟਿਸ ਦੇ ਵਿੱਚ ਸਾਰੇ ਪ੍ਰੋਗਰਾਮਾਂ ਦਾ ਵੇਰਵਾ ਮੌਜੂਦ ਹੈ ਤੁਸੀਂ ਇਸ ਐਪ ਦੇ ਜ਼ਰੀਏ ਗੁਰਬਾਣੀ ਸੰਥਿਆ ਦਾ ਵੀ ਆਨੰਦ ਮਾਣ ਸਕਦੇ ਹੋ ਅਕਾਲ ਚੈਨਲ ਦੀ ਐਪ ਨੂੰ ਹੁਣੇ ਡਾਊਨਲੋਡ ਕਰੋ ਗੂਗਲ ਪਲੇ ਸਟੋਰ ਅਤੇ ਐਪ ਸਟੋਰ ਦੇ ਵਿੱਚੋਂ ਵਰਲਡ ਨੰਬਰ 1 ਸਿੱਖ ਮੀਡੀਆ ਚੈਨਲ ਅਕਾਲ ਚੈਨਲ